ਪਰ ਫੈਸਲਾ ਕਰ ਹੀ ਨਹੀਂ ਪਾ ਰਹੇ। ਪਹਿਲੀ ਲਿਸਟ 'ਚੋਂ ਪਹਿਲਾਂ ਆਪਾਂ ਲੁਧਿਆਣੇ ਨੂੰ, ਦੂਜੀ ਲਿਸਟ 'ਚ ਆਏ ਉਹ 'ਚੋਂ ਵੀ ਲੁਧਿਆਣਾ ਆਊਟ ਆ। ਮੈਨੂੰ ਨਹੀਂ ਲੱਗਦਾ ਕੋਈ ਅਸੀਂ ਦੇ ਦਿੰਦੇ ਹਾਂ ਕੈਂਡੀਡੇਟ। ਉਹ ਕੱਲ੍ਹ ਕਹਿ ਰਹੇ ਸੀ ਪੱਪੀ ਸਾਹਿਬ, ਮੈਂ ਪਿੰਡਾਂ 'ਚ ਸੁਣਿਆ, ਕਹਿੰਦੇ ਮੈਨੂੰ ਬਣਾਓ ਅਤੇ ਮੈਂ ਤੁਹਾਡੀ ਗੱਲ ਸੈਂਟਰ 'ਚ ਮੋਦੀ ਸਾਹਿਬ ਕੋਲ ਪਹੁੰਚਾਊਂਗਾ। ਫਿਰ ਕਿਉਂ, ਗੱਲ ਉਹਨਾਂ ਦੀ ਠੀਕ ਆ, ਉਹਨਾਂ ਦੀ ਕਹਿੰਦਾ ਸਰਕਾਰ ਬਣਨੀ ਆ। ਉਹ ਕੱਲ੍ਹ ਕਹਿ ਰਹੇ ਸੀ ਪੱਪੀ ਸਾਹਿਬ, ਮੈਂ ਪਿੰਡਾਂ 'ਚ ਸੁਣਿਆ, ਕਹਿੰਦੇ ਮੈਨੂੰ ਬਣਾਓ ਅਤੇ ਮੈਂ ਤੁਹਾਡੀ ਗੱਲ ਸੈਂਟਰ 'ਚ ਮੋਦੀ ਸਾਹਿਬ ਕੋਲ ਪਹੁੰਚਾਊਂਗਾ। ਫਿਰ ਕਿਉਂ, ਗੱਲ ਉਹਨਾਂ ਦੀ ਠੀਕ ਆ, ਉਹਨਾਂ ਦੀ ਕਹਿੰਦਾ ਸਰਕਾਰ ਬਣਨੀ ਆ। ਕੇਜਰੀਵਾਲ ਸਾਹਿਬ ਇੱਕ ਲੀਡਰ ਸੀ, ਉਹ ਵੀ ਜੇਲ੍ਹ 'ਚ ਬੈਠੇ ਆ। ਉਹਨਾਂ ਨੇ ਵੀ ਆਪਣੇ ਤੋਂ ਆਪਣੀ ਧਰਮ ਪਤਨੀ ਜੀ ਨੂੰ ਅੱਗੇ ਲਿਆਂਦਾ, ਜਿਹੜੇ ਕਹਿੰਦੇ ਸੀ ਵੀ ਅਸੀਂ ਆਮ ਵਲੰਟੀਅਰ ਨੂੰ ਬਣਾਵਾਂਗੇ ਜੇ ਕਦੇ। ਦੇਖੋ ਤਾਂ ਸਹੀ ਨਾ ਕਿੰਨਾ ਬਦਲਾਅ ਕਿੰਨਾ ਹੈ, ਅਤੇ ਹਜੇ ਤਾਂ ਕੈਂਡੀਡੇਟ ਹੀ ਨਹੀਂ ਦੇ ਸਕੇ ਦੂਜੀਆਂ ਪਾਰਟੀਆਂ ਦਾ, ਮੈਂ ਕਹਿਣਾ ਕੀ ਆ। ਉਹ ਤੁਹਾਡੇ ਕਹਿੰਦੇ ਦੋਸਤ ਚਰਚੇ ਚੱਲ ਰਹੇ ਨੇ ਭਾਰਤ ਭੂਸ਼ਣ ਆਸ਼ੂ ਜੀ ਦੇ, ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ? ਇਹ ਤਾਂ ਪਾਰਟੀ ਉਹਨਾਂ ਦੇ ਨੇ ਫੈਸਲਾ ਕਰਨਾ, ਪਰ ਫੈਸਲਾ ਕਰ ਹੀ ਨਹੀਂ ਪਾ ਰਹੇ। ਪਹਿਲੀ ਲਿਸਟ 'ਚੋਂ ਪਹਿਲਾਂ ਆਪਾਂ ਲੁਧਿਆਣੇ ਨੂੰ, ਦੂਜੀ ਲਿਸਟ 'ਚ ਆਏ ਉਹ 'ਚੋਂ ਵੀ ਲੁਧਿਆਣਾ ਆਊਟ ਆ। ਮੈਨੂੰ ਨਹੀਂ ਲੱਗਦਾ ਕੋਈ ਅਸੀਂ ਦੇ ਦਿੰਦੇ ਹਾਂ ਕੈਂਡੀਡੇਟ, ਖੜਾ ਤਾਂ ਕਰਨ। ਸਰ ਕਾਂਗਰਸ ਜਿਹੜੀ ਆ ਬਾਹਰੋਂ ਉਮੀਦਵਾਰ ਲੈ ਕੇ ਖੜੇ ਕਰਦੀ ਹੈ, ਜਿੱਦਾਂ ਚੰਨੀ ਜੀ ਨੂੰ ਜਲੰਧਰ ਤੋਂ ਖੜਾ ਕਰਤਾ, ਸੁਖਪਾਲ ਖਹਿਰਾ ਨੂੰ ਸੰਗਰੂਰ ਖੜਾ ਕਰਤਾ, ਹੋਰ ਵੀ ਲੀਡਰ ਨੇ, ਸੋ ਲੋਕਲ ਲੀਡਰਸ਼ਿਪ ਵਿਰੋਧ ਕਰ ਰਹੀ ਹੈ? ਦੇਖੋ ਮੈਂ ਉਹਦਾ ਕੀ ਕਹਿ ਸਕਦਾ, ਉਹ ਤਾਂ ਪਾਰਟੀਆਂ ਦੇ ਇਹ ਚੱਲਦਾ ਹੁੰਦਾ ਹੈ, ਇਹ 'ਚ ਕੋਈ ਗੱਲ ਨਹੀਂ। ਜਦੋਂ ਇਲੈਕਸ਼ਨਾਂ ਆਉਂਦੀਆਂ ਹੈ, ਕਿਤੋਂ ਨਾ ਕਿਤੋਂ ਜਦੋਂ ਵੀ ਕੋਈ ਹਰ ਪਾਰਟੀ 'ਚ ਕੈਂਡੀਡੇਟਾਂ ਨੇ ਅਪਲਾਈ ਕੀਤਾ ਹੁੰਦਾ ਹੈ, ਇੱਕ ਨੂੰ ਟਿਕਟ ਮਿਲਣੀ ਹੁੰਦੀ ਆ, ਉਹ ਹੌਲੀ ਹੌਲੀ ਲੀਡਰਸ਼ਿਪ ਆਪਣੇ ਆਪ ਜਿਹੜੀ ਉਹ ਨਾਰਾਜ਼ਗੀਆਂ ਹੁੰਦੀਆਂ ਉਹ ਦੂਰ ਕਰ ਲੈਂਦੀ ਆ। ਪਰ ਇਹ 'ਚ ਹੱਕ ਆ ਸਭ ਦਾ ਬਣਨਾ, ਅਤੇ ਰਾਜਗੀ ਵੀ ਹੁੰਦੀ ਉਹ ਬਾਅਦ 'ਚ ਦੂਰ ਹੋ ਜਾਂਦੀ। ਦੇਖੋ ਜੀ, ਮੈਂ ਤਾਂ ਸੱਚੀ ਗੱਲ ਦੱਸਾਂ ਤੁਹਾਨੂੰ, ਜਦੋਂ ਵੀ ਉੱਥੇ ਕੋਈ ਗੱਲ ਕਰਦੇ ਸੀ ਉੱਥੇ ਧੜੇ ਸੀ, ਕੋਈ ਪੰਜਾਬ ਦੀ ਗੱਲ ਤਾਂ ਕਰਦਾ ਨਹੀਂ ਸੀ। ਕੋਈ ਕਹਿੰਦਾ ਸੀ ਮੈਂ ਬਾਜਵੇ ਦਾ, ਮੈਨੂੰ ਟਿਕਟ ਮਿਲੇ, ਕੋਈ ਕਹਿੰਦਾ ਸੀ ਰਾਜਾ ਬੜਿੰਗ ਸਾਹਿਬ ਦਾ ਮੈਂ, ਕੋਈ ਕਹਿੰਦਾ ਸੀ ਮੈਂ ਨਵਜੋਤ ਸਿੱਧੂ ਦਾ ਜੀ, ਹੈ ਜੀ, ਕੋਈ ਕਹਿੰਦਾ ਸੀ ਮੈਂ ਆਪਣਾ ਹਾਈ ਕਮਾਂਡ ਦਾ ਹੈ। ਹਾਈ ਕਮਾਂਡ 'ਚ ਵੀ ਤਿੰਨ ਚਾਰ ਤਰ੍ਹਾਂ ਦੀ ਹਾਈ ਕਮਾਂਡ ਸੀ। ਉੱਥੇ ਸਿਰਫ ਗੱਲ ਇਸੇ 'ਤੇ ਇੱਕ ਦੂਜੇ ਨੂੰ ਠਿੱਬੀ ਲਾਉਣ 'ਤੇ ਰਹਿੰਦੇ ਸੀ। ਇਹ BJP ਆ ਜਿਹੜੀ ਇੱਕ ਨੱਕੇ ਸਿਰਫ ਉਰੇ ਪਾਰਟੀ ਆ, ਉਰੇ ਕਿਸੇ ਧੜੇ ਦੀ ਗੱਲ ਨਹੀਂ, ਕੋਈ ਉਰੇ ਕਿਸੇ ਦੀ ਗੱਲ ਨਹੀਂ ਗੀ। ਉੱਥੇ ਤਾਂ ਸਭ ਆਪਣੇ ਆਪ ਨੂੰ ਮਠਾਧੀਸ਼ ਬਣੇ ਬੈਠੇ ਆ। ਮੈਂ ਦੇਖੋ ਉਹਨਾਂ ਦੀ ਵੀ ਡਿਊਟੀ ਆ, ਉਹਨਾਂ ਦੇ ਜਥੇਬੰਦੀਆਂ ਨੇ ਉਹਨਾਂ ਦਾ ਉਹਨਾਂ ਨੂੰ ਇਸ ਗੱਲ 'ਚ ਡਿਊਟੀਆਂ ਲਾਈਆਂ ਹੋਈਆਂ, ਅਤੇ ਉਹਨਾਂ ਦਾ ਵੀ ਫਰਜ਼ ਆ ਉਹ ਡਿਊਟੀ ਨਿਭਾਉਣ, ਆਪਣੀ ਵਿਰੋਧ ਕਰਨਾ ਹੈ ਜਿਹੜਾ ਉਹ ਬਿਜੀ ਸੱਦ ਕੇ ਕਰਨਾ, ਇਸ ਡੈਮੋਕ੍ਰੇਸੀ 'ਚ ਰੋਕ ਥੋੜ੍ਹੀ ਸਕਦੇ ਹਾਂ। ਪਰ ਮੈਂ ਤਾਂ ਆਪ ਇਹ ਕਹਿੰਦਾ ਵੀ ਮੈਂ ਤਾਂ ਆਪ 1.5 ਸਾਲ ਉਹਨਾਂ ਨਾਲ ਬੈਠਾ, ਉਦੋਂ ਬਾਅਦ ਮਰਨੋਂ ਬਚਿਆ ਮੈਂ ਜਿਸ ਤਰੀਕੇ ਨਾਲ, ਮੈਂ ਤਾਂ ਕਦੇ ਵੀ ਐਸੀ ਗੱਲ ਨਹੀਂ ਕੀਤੀ। ਜਦੋਂ ਵੀ ਕਿਸਾਨ ਲੀਡਰ ਨੇ ਉਹ ਸਾਡੇ 'ਚੋਂ ਹੀ ਨੇ, ਇਹ 'ਚ ਕਿਹੜੀ ਗੱਲ ਆ। ਪਹਿਲਾਂ ਮੈਂ ਕਾਂਗਰਸ ਸੀਗਾ ਅਤੇ ਉਸ ਵੇਲੇ ਵੀ ਅਸੀਂ ਉਹਨਾਂ ਦੇ ਨਾਲ ਸੀ, ਹੁਣ ਮੈਂ BJP ਹਾਂ, ਹੁਣ ਵੀ ਉਹਨਾਂ ਦੇ ਨਾਲ, ਉਹ ਸਾਡੀ ਪੰਜਾਬ ਦੇ ਨੇ, ਅਸੀਂ ਵੀ ਪੰਜਾਬ ਦੇ ਹਾਂ। ਇੱਥੇ ਕੋਈ ਲੇਹ ਲਦਾਖ ਤੋਂ ਜਾਂ ਕੋਈ ਇਹ ਕੋਈ ਅਫਗਾਨਿਸਤਾਨ ਤੋਂ ਅਸੀਂ ਆ ਗਏ, ਇੱਕ ਦੂਜੇ ਦੇ ਉਹੀ ਰਿਸ਼ਤੇ ਨੇ, ਉਹੀ ਇੱਕ ਸੁਨੇਹਾ ਦੇਣਾ ਹੁੰਦਾ ਉਹ ਉਹਨਾਂ ਨੇ ਦੇਤਾ। ਅਤੇ ਹੁਣ ਰੋਜ਼ ਜੇ ਆਪਾਂ ਲੜਾਈ ਝਗੜੇ ਵਧਾਵਾਂਗੇ ਆਪਸ ਵਿੱਚ, ਪੁਲਿਸ ਰੋਜ਼ ਲਾਠੀ ਚਾਰਜ ਕਰਦੀ ਆ, ਰੋਜ਼ ਡੰਡੇ, ਇਹ ਵਿੱਚ ਨਾ ਵਿੱਚ ਜਿਹੜੀ ਸਰਕਾਰ ਦੀ ਵੀ ਸ਼ਰਾਰਤ ਆ, ਕਿਉਂ ਉਹਨਾਂ ਦੇ ਉਹਨਾਂ ਨਾਲ ਲਾਠੀ ਚਾਰਜ ਹੋ ਰਿਹਾ, ਕਿਉਂ ਉਹਨਾਂ ਨੂੰ ਕੁੱਟਮਾਰ ਹੋ ਰਹੀ ਆ, ਕਿਉਂ ਉਹਨਾਂ 'ਤੇ FIR ਦਰਜ ਹੋ ਰਹੀਆਂ ਹੈ? ਬਈ ਉਹ ਅਮਨ ਸ਼ਾਂਤੀ ਨਾਲ ਜਿਹੜਾ ਉਹ ਵਿਰੋਧ ਕਰ ਰਹੇ ਆ, ਕਰ ਲੈਣ ਦੋ, ਉਹਨਾਂ ਦੀ ਜ਼ਿੰਮੇਵਾਰੀ ਆ, ਉਹਨਾਂ ਦੀ ਡਿਊਟੀ ਔਰਗਨਾਈਜੇਸ਼ਨ ਨੇ ਲਾਈ ਆ।